ਦੋਸਤਾਂ ਦੇ ਵੱਲੋਂ ਹੀ ਆਪਣੇ 21 ਸਾਲ ਦੇ ਦੋਸਤ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਕਤਲ ਇੰਨਾ ਬੇਰਹਿਮੀ ਨਾਲ ਕੀਤਾ ਜਿਸ ਨੂੰ ਸੁਣ ਕੇ ਤੁਹਾਡੀ ਰੂਹ ਕੰਬ ਜਾਵੇਗੀ। ਦੱਸ ਦਈਏ ਕਿ ਇੱਕ ਪਿੰਡ ਦੇ ਵਿੱਚ ਇਹ ਕਤਲ ਕੀਤਾ ਗਿਆ ਔਰ ਲਾਸ਼ ਨੂੰ ਧਰਤੀ ਦੇ ਵਿੱਚ ਦੱਬ ਦਿੱਤਾ ਤਾਂ ਜੋ ਕਿਸੇ ਨੂੰ ਕੰਨੋ ਕੰਨੀ ਖਬਰ ਨਾ ਹੋਵੇ। ਤਾਂ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਇੱਕ ਨੌਜਵਾਨ ਲਾਪਤਾ ਹੋਇਆ ਸੀ ਜਿਸ ਦੀ ਲਾਸ਼ ਹੁਣ ਇੱਕ ਕਮਰੇ ਦੇ ਵਿੱਚ ਪੁੱਟੇ 7 ਫੁੱਟ ਦੇ ਟੋਏ ਦੇ ਵਿੱਚੋਂ ਬਰਾਮਦ ਹੋਈ ਹੈ। ਸਾਰਾ ਪਿੰਡ ਇਕੱਠਾ ਹੋ ਗਿਆ ਔਰ ਪੁਲਿਸ ਨੇ 2 ਮੁਲਜ਼ਮਾਂ ਨੂੰ ਕਾਬੂ ਕੀਤਾ ਜਿਨ੍ਹਾਂ ਦੀ ਨਿਸ਼ਾਨਦੇਹੀ ਤੇ ਅੱਜ ਟੋਏ ਨੂੰ ਪੁੱਟਿਆ ਗਿਆ ਤਾਂ 21 ਸਾਲ ਦੇ ਨੌਜਵਾਨ ਦੀ ਲਾਸ਼ ਇਸ ਟੋਏ ਦੇ ਵਿੱਚੋਂ ਬਰਾਮਦ ਹੋਈ। ਦੱਸ ਦਈਏ ਕਿ ਮੁਲਜ਼ਮ ਇਸੇ ਪਿੰਡ ਦੇ ਰਹਿਣ ਵਾਲੇ ਨੇ ਜਿਨ੍ਹਾਂ ਨੇ ਆਪਣੇ ਹੀ ਦੋਸਤ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ। ਧਾਹਾਂ ਮਾਰ ਕੇ ਸਾਰਾ ਪਰਿਵਾਰ ਰੋ ਰਿਹਾ। ਦੱਸ ਦਈਏ ਕਿ ਜਿਸ ਨੌਜਵਾਨ ਦਾ ਕਤਲ ਕੀਤਾ ਗਿਆ ਉਹ BA ਕਰਦਾ ਸੀ ਤਾਂ ਅੱਜ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ, ਉੱਥੇ ਹੀ ਡਰ ਦਾ ਮਾਹੌਲ ਬਣਿਆ ਹੋਇਆ। ਇਹ ਤਸਵੀਰਾਂ ਬਠਿੰਡਾ ਦੇ ਪਿੰਡ ਚੌਂਕੇ ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਦੋਸਤ ਨੇ ਹੀ ਆਪਣੇ ਦੋਸਤ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕਰਕੇ ਉਸਦੀ ਲਾਸ਼ ਨੂੰ ਘਰ ਦੇ ਕਮਰੇ ਦੇ ਵਿੱਚ ਕਰੀਬ 7 ਫੁੱਟ ਡੂੰਘੇ ਟੋਏ ਦੇ ਵਿੱਚ ਦੱਬ ਦਿੱਤਾ ਤਾਂ ਜੋ ਦੋਸਤ ਦੇ ਕਤਲ ਦਾ ਪਤਾ ਨਾ ਲੱਗ ਸਕੇ। 21 ਸਾਲ ਦਾ ਅਰਸ਼ਦੀਪ BA ਦੀ ਪੜ੍ਹਾਈ ਕਰਦਾ ਸੀ ਔਰ ਇੱਕ ਪਿੰਡ ਦੇ ਹੀ ਮੁੰਡੇ ਦੇ ਨਾਲ ਗੂੜੀ ਯਾਰੀ ਸੀ। ਅਰਸ਼ਦੀਪ ਦੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 8 ਦਿਨ ਪਹਿਲਾਂ ਉਹਨਾਂ ਦਾ ਮੁੰਡਾ ਲਾਪਤਾ ਹੋਇਆ ਸੀ। ਇੱਕ ਵਿਆਹ ਸਮਾਗਮ ਤੋਂ ਬਾਅਦ ਘਰੋਂ ਚਲਾ ਗਿਆ ਜਿਸ ਨੂੰ 2 ਅਣਪਛਾਤੇ ਨਕਾਬਪੋਸ਼ ਬਾਈਕ ਤੇ ਬਿਠਾ ਕੇ ਆਪਣੇ ਨਾਲ ਲੈ ਗਏ। ਕੁਝ ਸਮੇਂ ਬਾਅਦ ਉਸਦਾ ਮੋਬਾਈਲ ਬੰਦ ਆਉਣ ਲੱਗ ਪਿਆ। ਦੋਸਤਾਂ ਨੇ ਹੀ ਆਪਣੇ ਹੋਰ ਸਾਥੀਆਂ ਦੇ ਨਾਲ ਮਿਲ ਕੇ ਅਰਸ਼ਦੀਪ ਦਾ ਕਤਲ ਪੂਰੀ ਪਲੈਨਿੰਗ ਦੇ ਨਾਲ ਕੀਤਾ। ਪਿਛਲੇ ਕਈ ਦਿਨ ਪਹਿਲਾਂ ਹੀ ਉਹਨਾਂ ਨੇ ਇਹ ਪਲੈਨਿੰਗ ਬਣਾਈ ਸੀ ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਘਰ ਦੇ ਵਿੱਚ ਇੱਕ ਕਮਰੇ ਦੇ ਵਿੱਚ ਟੋਏ ਨੂੰ ਪੁੱਟਣਾ ਸ਼ੁਰੂ ਕਰ ਦਿੱਤਾ ਸੀ। ਮ੍ਰਿਤਕ ਅਰਸ਼ਦੀਪ ਸਿੰਘ ਆਪਣੇ ਪਿੱਛੇ ਇੱਕ ਵਿਧਵਾ ਮਾਂ ਅਤੇ ਇੱਕ ਵੱਡਾ ਭਰਾ ਛੱਡ ਗਿਆ ਤਾਂ ਜਿਨ੍ਹਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਤਾਂ ਪਿੰਡ ਦੇ ਵਿੱਚ ਹੀ ਕਤਲ ਕੀਤਾ ਗਿਆ, ਗੂੜੀ ਯਾਰੀ ਸੀ। ਦੋਸਤਾਂ ਨੇ ਹੀ ਆਪਣੇ 21 ਸਾਲ ਦੇ ਯਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤਾਂ ਅੱਜ ਪੁਲਿਸ ਦੇ ਵੱਲੋਂ ਸਿਵਲ ਮੈਜਿਸਟ੍ਰੇਟ ਟੀਮ ਦੀ ਅਗਵਾਈ ਦੇ ਵਿੱਚ ਲਾਸ਼ ਨੂੰ ਟੋਏ ਦੇ ਵਿੱਚੋਂ ਬਾਹਰ ਕੱਢਿਆ ਗਿਆ। ਬਠਿੰਡਾ ਦੇ ਪਿੰਡ ਚੌਂਕੇ ਤੋਂ ਇਹ ਮਾਮਲਾ ਸਾਹਮਣੇ ਆਇਆ। ਘਟਨਾ ਬਹੁਤ ਮਾੜੀ ਭਾਗੀ ਹੋਈ ਹੈ ਜੀ, ਬਹੁਤ ਜ਼ਿਆਦਾ ਹੋਇਆ ਕੰਮ ਇਹ ਮਾੜਾ। ਇੱਕ ਨੌਜਵਾਨ ਨੇ ਮਾਰ ਕੇ ਉਹਨੂੰ ਅੰਦਰ ਦੱਬਤਾ ਅਤੇ ਹੁਣ ਪੁਲਿਸ ਦੀ ਡੀਕ ਚ ਵੀ ਕੀ ਕਰ ਰਹੀ ਹੈਗਾ। ਕਦੋਂ ਪਤਾ ਲੱਗਿਆ ਤੁਹਾਨੂੰ ਘਟਨਾ? ਇਹ ਸੁਬਹ ਪਤਾ ਲੱਗਿਆ ਜੀ, ਸੁਬਹ ਉਹਦੇ ਪਿਤਾ ਨੇ ਮੁੰਡੇ ਦੇ ਨੇ ਪੁਲਿਸ ਪ੍ਰਸ਼ਾਸਨ ਨੂੰ ਦੱਸਿਆ ਵੀ ਆਹ ਕੰਮ ਕਰਤਾ ਮੇਰੇ ਮੁੰਡੇ ਨੇ। ਹੁਣ ਪੁਲਿਸ ਪ੍ਰਸ਼ਾਸਨ ਦੇਖੋ ਗਾਹਾਂ ਕੀ ਕਰਦੀ। ਕਿੰਨੇ ਘੰਟੇ ਹੋ ਚੁੱਕੇ? ਹੋ ਗਏ 12 ਘੰਟੇ ਹੋ ਗਏ। ਪਹੁੰਚੇ 2 ਮੁਲਾਜ਼ਮ ਆਏ ਆ, ਡੈੱਡ ਬਾਡੀ ਕਿਸੇ ਰਾਖੀ, ਦੂਜੇ ਮੁਲਾਜ਼ਮ ਕਹਿ ਦਿੰਦੇ ਅਸੀਂ ਆਉਂਦੇ ਹਾਂ। ਇਹ ਗੱਲ ਇੱਦਾਂ ਜੀ ਵੀ ਪਿਛਲੀ 17 ਤਰੀਕ ਤੋਂ ਲੈ ਕੇ ਬੱਚਾ ਗੁੰਮ ਸੀਗਾ, ਘਰੋਂ ਕੋਈ ਬਿਠਾ ਕੇ ਲੈ ਕੇ ਗਿਆ ਮੋਟਰਸਾਈਕਲ 'ਤੇ। ਇਹ ਪਤਾ ਨਹੀਂ ਲੱਗਿਆ ਧੁੰਦ ਕਾਰਨ ਵੀ ਕੌਣ ਬੰਦਾ ਸੀਗਾ। ਅਤੇ ਬੱਚਿਆਂ ਨੂੰ ਜਦੋਂ ਪਤਾ ਲੱਗਿਆ ਵੀ ਸਾਡਾ ਭਰਾ ਹੈ ਨੀਗਾ, ਇਹਨਾਂ ਨੇ ਭਾਲ ਤੋੜ ਕਰੀ। ਉਹਦੇ ਉਸੇ ਦਿਨ ਤੋਂ ਲੈ ਕੇ ਭਾਲ ਤੋੜ ਕਰਦੇ ਹੁੰਦੇ ਨੇ। ਪੁਲਿਸ ਨੂੰ ਵੀ ਰਿਪੋਰਟ ਦਿੱਤੀ ਆ, ਪੁਲਿਸ ਨੇ ਕੋਈ ਐਡੀ ਗੋਗਾ ਨਹੀਂ ਕੀਤੀ। ਫਿਰ ਮੇਰੇ ਕੋਲ ਵੀ ਜਦੋਂ ਸਾਨੂੰ ਪਤਾ ਲੱਗਿਆ, ਮੈਂ ਫੋਨ 'ਤੇ ਇਹਨਾਂ ਨੂੰ ਪੁੱਛਿਆ ਵਾ ਵੀ ਕੀ ਗੱਲ ਹੋ ਗਈ। ਕਹਿੰਦੇ ਵੀ ਇਸ ਤਰ੍ਹਾਂ ਕਰਕੇ ਬਾਈ ਜੀ ਆਹ ਗੱਲ ਹੋਈ ਵੀ ਇੰਨੇ ਦਿਨ ਹੋ ਗਏ। ਮੈਂ ਕਿਹਾ ਵੀ ਤੁਸੀਂ ਪੁਲਿਸ ਨੂੰ, ਕਹਿੰਦੇ ਜੀ ਅਸੀਂ ਪੁਲਿਸ ਦੇ ਉੱਥੇ ਥਾਣੇ 'ਚ ਹੀ ਖੜ੍ਹੇ ਹਾਂ, ਵੀ ਇਹ ਕੋਈ ਗੌਰ ਨਹੀਂ ਕਰ ਰਹੇ। ਕਹਿੰਦੇ ਵੀ ਪੁਲਿਸ ਵਾਲੇ ਸਾਨੂੰ ਕਹਿੰਦੇ ਵੀ ਤੁਸੀਂ ਭਾਲੋ ਆਪਣੇ ਲੈਵਲ 'ਤੇ।
ਅਤੇ ਫਿਰ ਮੈਂ ਇਹਨਾਂ ਨੂੰ ਇਹ ਗੱਲ ਕਹੀ ਸੀ ਭੂਆ ਜੀ ਦੇ ਲੜਕੇ ਨੂੰ, ਮੈਂ ਕਿਹਾ ਭਾਈ ਤੁਸੀਂ ਬਾਈ ਜੀ ਨਾਲ ਫੋਨ ਕਰੋ, ਇਹ ਤਾਂ ਗੱਲ ਹੋਊਗੀ, ਨਹੀਂ ਇਹ ਤੁਹਾਡੀ ਕਿਸੇ ਰਾਹ ਨਹੀਂ ਪੈਣੀ ਗੱਲ ਇਹ, ਚਾਹੇ ਆਪਾਂ ਜਿੰਨਾ ਮਰਜ਼ੀ ਭੱਜੇ ਫਿਰੀਏ। ਤੋ ਅੱਜ ਪਤਾ ਲੱਗਿਆ ਸਾਡੇ ਕੋਲ ਫੋਨ ਗਿਆ ਸੀ, ਕਹਿੰਦੇ ਵੀ ਡੈੱਡ ਬੋਡੀ ਮਿਲ ਗਈ ਆ, ਥਾਣੇ ਦੇ ਵਿੱਚ ਕਿਸੇ ਨੇ ਇਨਫੋਰਮੇਸ਼ਨ ਦਿੱਤੀ ਆ ਵੀ ਉਹਨਾਂ ਦੇ ਕਿਸੇ ਬਗਲ ਦੇ ਵਿੱਚ ਦੱਬੀ ਹੋਈ ਡੈੱਡ ਬੋਡੀ ਮਿਲੀ ਆ। ਤੋ ਅੱਜ ਸਵੇਰ ਦਾ ਇਹ ਮਤਲਬ ਪਤਾ ਲੱਗਿਆ ਡੈੱਡ ਬੋਡੀ ਦਾ ਵੀ ਕਿ ਜਿਹਦੇ ਮਤਲਬ ਉਹਦੇ ਵਿੱਚ ਹੈ ਜਿਹੜਾ ਕੋਈ ਮੁੰਡਾ ਲੈ ਕੇ ਗਿਆ ਉਹਨਾਂ ਦੇ ਬਗਲ ਦੇ ਵਿੱਚ ਸੀਗੀ। ਹੁਣ ਤੱਕ ਪੁਲਿਸ ਨੇ ਕੋਈ ਗੌਰ ਨਹੀਂ ਕਰੀ ਗਈ ਉਹਦੀ। ਅਸੀਂ ਚਾਹੁੰਦੇ ਹਾਂ ਵੀ ਪੁਲਿਸ ਇਹਨਾਂ ਬੱਚਿਆਂ ਨੂੰ ਇਨਸਾਫ ਦੇਵੇ, ਦੋਸ਼ੀਆਂ ਨੂੰ ਸਜ਼ਾ ਦੇਵੇ ਕਰੜੀ ਤੋਂ ਕਰੜੀ, ਤਾਂ ਕਿ ਅੱਗੇ ਤੋਂ ਕੋਈ ਅਸੀਂ ਜਿਹੜੀ ਅਨਸੁਖਾਵੀ ਘਟਨਾ ਉਹ ਵਾਪਰ ਨਾ ਸਕੇ। ਡੈੱਡ ਬੋਡੀ ਤਾਂ ਸਵੇਰ ਤੋਂ ਲੈ ਕੇ ਲਾ ਲਓ, ਸਵੇਰੇ 5 ਵਜੇ ਕਹਿੰਦੇ ਪਤਾ ਲੱਗ ਗਿਆ ਸੀਗਾ, ਅਤੇ ਉਸ ਤੋਂ ਬਾਅਦ ਉਹਦੀ ਡੈੱਡ ਬੋਡੀ ਦੇ ਕੋਲ ਮਤਲਬ ਵੀ ਸੁਣਿਆ ਮੈਂ, ਕਹਿੰਦੇ ਵੀ ਦੋਸ਼ ਪਾਹੀ ਉੱਥੇ ਮਤਲਬ ਇਹਨਾਂ ਨੇ ਤੈਨਾਤ ਕੀਤੇ ਨੇ, ਪਰ ਡੈੱਡ ਬੋਡੀ ਹਾਲੇ ਤੱਕ ਇਹਨਾਂ ਨੇ ਉੱਥੋਂ ਕੱਢੀ ਨਹੀਂ ਹੈ। ਅੱਜ ਸਾਡੇ ਕੋਲ ਜਿਹੜਾ ਜੀ ਇਹ ਅਰਸ਼ਦੀਪ ਮੁੰਡਾ ਹੈਗਾ, ਪਿੰਡ ਚੌਕੇ ਦਾ ਰਹਿਣ ਵਾਲਾ, ਇਹ 7-8 ਦਿਨਾਂ ਤੋਂ ਜਿਹੜਾ ਹੈਗਾ ਇਹਦੇ ਗੁੰਮਸ਼ੁਦਗੀ ਦੀ ਰਪਟੇ ਦੇ ਪਰਿਵਾਰ ਨੇ ਲਿਖਵਾਈ ਸੀਗੀ, ਜਿਸ ਸੰਬੰਧੀ ਅਸੀਂ ਇਸ਼ਤਿਹਾਰ ਵਗੈਰਾ ਵੀ ਜਾਰੀ ਕੀਤੇ ਸੀਗੇ ਅਤੇ ਇਹਦੀ ਭਾਲ ਚੱਲ ਰਹੀ ਸੀਗੀ। ਇਹਦੇ ਵਿੱਚ ਕਈ ਵਾਰ ਗੱਲ ਆਉਂਦੀ ਸੀਗੀ ਵੀ ਫਲਾਣੀ ਥਾਂ 'ਤੇ ਦੇਖਿਆ ਗਿਆ ਜਾਂ ਤਲਵੰਡੀ ਦੇਖਿਆ ਗਿਆ ਜਾਂ ਕਿਤੇ ਦੇਖਿਆ ਗਿਆ, ਉਹ ਸਾਰੀਆਂ ਚੀਜ਼ਾਂ ਤਸਦੀਕ ਕਰ ਰਹੇ ਸੀਗੇ, ਅਤੇ ਅੱਜ ਸਾਨੂੰ ਜਿਹੜੀ ਹੈਗੀ ਇਹ ਗੱਲ ਜਿਹੜੀ ਕਨਫਰਮ ਹੁੰਦੀ ਹੈ ਕਿ ਇਹਦਾ ਜਿਹੜਾ ਹੈਗਾ ਮਰਡਰ ਕਰ ਦਿੱਤਾ ਗਿਆ। ਤੋ ਮਰਡਰ ਦੇ ਸੰਬੰਧੀ ਜਿਹੜੇ ਹੈਗੇ ਪਿੰਡ ਦੇ ਹੀ ਦੋ ਮੁੰਡੇ ਨੇ, ਇੱਕ ਗੁਰਪਿੰਦਰ ਉਰਫ ਗੋਲਡੀ ਹੈ ਅਤੇ ਦੂਸਰਾ ਬਲਜੀਤ ਜਿਹੜਾ ਹੈਗਾ ਉਰਫ ਪ੍ਰਭੂ ਹੈ। ਤਾਂ ਇਹਨਾਂ ਦੋਨਾਂ ਦਾ ਜਿਹੜਾ ਹੈਗਾ ਇਹਦੇ 'ਚ ਕਲੀਅਰ ਕੱਟ ਸਾਡੇ ਕੋਲ ਇਨਫੋਰਮੇਸ਼ਨ ਆਈ, ਉਹਦੇ ਬੇਸਿਸ ਦੇ ਉੱਤੇ FIR ਲੌਜ ਹੁੰਦੀ ਹੈ। FIR ਲੌਜ ਕਰਨ ਤੋਂ ਬਾਅਦ ਜਿਹੜਾ ਹੈਗਾ ਸਾਡੇ ਵੱਲੋਂ ਅੱਗੇ ਜਿਹੜਾ ਹੈਗਾ ਦੋਸ਼ੀਆਂ ਨੇ ਦੱਸਿਆ ਸਾਨੂੰ ਉੱਥੇ ਮੌਕੇ 'ਤੇ ਲੈ ਕੇ ਆਏ ਨੇ ਜਿੱਥੇ ਉਹਨਾਂ ਨੇ ਡੈੱਡ ਬੋਡੀ ਨੂੰ ਦੱਬਿਆ ਹੋਇਆ ਮਿੱਟੀ ਦੇ ਥੱਲੇ ਕਾਫੀ ਜਿਹੜਾ ਡੂੰਘਾ ਟੋਇਆ ਪੱਟ ਕੇ, ਅਤੇ ਉੱਥੋਂ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਪ੍ਰੋਪਰ ਪ੍ਰੋਸੀਜਰ ਦੇ ਥਰੂ ਜਿਹੜੀ ਹੈ ਬੋਡੀ ਇਸ ਤੋਂ ਰਿਕਵਰ ਕਰ ਰਹੇ ਹਾਂ, ਅਤੇ ਉਸ ਤੋਂ ਬਾਅਦ ਅੱਗੇ ਦਾ ਜਿਹੜਾ ਪ੍ਰੋਸੀਜਰ ਹੈ ਪੋਸਟਮਾਰਟਮ ਦਾ ਜਾਂ ਅੱਗੇ ਦਾ ਉਹ ਸਾਰਾ ਫੋਲੋ ਕੀਤਾ ਜਾਏਗਾ। ਸਰ ਕਾਰਨ ਪਤਾ ਲੱਗਿਆ ਕਿਉਂ ਕਤਲ ਕੀਤਾ ਸਰ? ਇਹ ਸਾਰਾ ਅੰਡਰ ਇਨਵੈਸਟੀਗੇਸ਼ਨ ਹੈ ਜੀ ਕਿ ਐਗਜੈਕਟ ਕਾਰਨ ਕੀ ਰਹੇ ਨੇ। ਹਜੇ ਜਿਹੜੇ ਦੋਸ਼ੀ ਨੇ ਅਲੱਗ ਅਲੱਗ ਗੱਲਾਂ ਕਰ ਰਹੇ ਨੇ, ਅਤੇ ਅਸੀਂ ਉਹ ਦੌਰਾਨੇ ਤਫਤੀਸ਼ ਉਹ ਸਾਰੀ ਗੱਲਬਾਤ ਕਲੀਅਰ ਕਰਾਂਗੇ। ਕੁਛ ਇਹਨਾਂ ਦੀ ਰੰਜਿਸ਼ਬਾਜ਼ੀ ਦੀ ਵੀ ਗੱਲ ਸਾਹਮਣੇ ਆਈ ਹੈ, ਬਟ ਅਸਲ ਕਾਰਨ ਮੌਕੇ ਦੇ ਉੱਤੇ ਕੀ ਰਿਹਾ ਕਿਸ ਤਰ੍ਹਾਂ ਹੋਇਆ ਉਹ ਸਾਰਾ ਕੁਛ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਕਲੀਅਰ ਕਰ ਲਾਂਗੇ ਜੀ। ਐਜ਼ ਆਫ ਨਾਓ ਜਿਹੜੀ ਗੱਲ ਸੀਗੀ ਜੀ, ਦੋ ਬੰਦਿਆਂ ਦੀ ਗੱਲ ਆਈ ਸੀਗੀ ਜਿਹੜਾ, ਜਿਸ ਤਰ੍ਹਾਂ ਮੈਂ ਤੁਹਾਨੂੰ ਗੁਰਪਿੰਦਰ ਉਰਫ ਗੋਲਡੀ ਅਤੇ ਦੂਜਾ ਬਲਜੀਤ ਉਰਫ ਪ੍ਰਭੂ ਦੀ ਗੱਲ ਸਾਹਮਣੇ ਆਈ ਹੈ, ਉਹ ਦੋਨਾਂ ਦਾ ਹੀ ਜ਼ਿਕਰ ਆਇਆ ਸੀਗਾ ਜਿਹੜੀ ਸਾਡੀ ਇਨੀਸ਼ੀਅਲ ਇਨਵੈਸਟੀਗੇਸ਼ਨ ਹੈ, ਉਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ।